ਤੁਸੀਂ ਸੁਣ ਰਹੇ ਹੋ ਕਿਤਾਬ ਕਦੀਮ ਤਵਾਰੀਖੀ ਸ਼ਹਿਰ ਪੱਟੀ ਲੇਖਕ ਪ੍ਰਿੰਸੀਪਲ ਸਰਵਨ ਸਿੰਘ ਚੂਸਲੇਵਾਲ ਪੰਜਵੇਂ ਭਾਗ ਵਿੱਚ ਸੁਣੋ ਪੱਟੀ ਦੇ ਪਹਿਲਵਾਨ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਵਾਨਾਂ ਪੱਖੋਂ ਪੱਟੀ ਵੀ ਪਛਾਣ ਨਹੀਂ ਗੁਰਦੇਤ ਸਿੰਘ ਉਰਫ ਗੁਰਾ ਪਹਿਲਵਾਨ ਪੱਧਰੀ ਦੰਗਲਾਂ ਵਿੱਚ ਕੁਲਣ ਵਾਲਾ ਪਰ ਠਠਿਆਰਾਂ ਦੇ ਘਰਾਂ ਵਿੱਚੋਂ ਬਿਜਲੀ ਪਹਿਲਵਾਨ ਕੱਦ ਵੱਲੋਂ ਛੋਟਾ ਜਿਹਾ ਤੇ ਬੜਾ ਫਰਤੀਲਾ ਕੁਸ਼ਤੀ ਵੇਲੇ ਹਰ ਇੱਕ ਦੇ ਮੂੰਹ ਵਾਹ-ਵਾਹ ਕਢਵਾਉਣ ਵਾਲਾ ਕਸ਼ਮੀਰੀ ਪਹਿਲਵਾਨ ਬੜਾ ਲੰਮਾ ਉੱਚਾ ਸੋਹਣਾ ਗੁੰਦਿਆ ਸਰੀਰ ਕੁਸ਼ਤੀ ਵਿੱਚ ਵੀ ਕਮਾਲ ਹਾਸਲ ਬੜੇ ਠੰਡੇ ਮਿੱਠੇ ਸੁਭਾਅ ਵਾਲਾ ਕਦੇ ੱੱੱਕੇ ਸ਼ਾਈ ਨਾ ਕਰਦਾ ਤਾਕਤ ਦਾ ਇੱਕ ਨਿੱਕਾ ਜਿਹਾ ਪਹਾੜ ਕੁਸ਼ਤੀ ਵੇਲੇ ਨਿਆਂ ਨੂੰ ਹੱਥੋਂ ਨਾ ਛੱਡਦਾ ਤੇ ਹਰ ਇੱਕ ਦਾ ਚਹੇਤਾ ਪਹਿਲਵਾਨ ਸੀ 1947 ਦੀ ਵੰਡ ਨੇ ਇਸ ਨੂੰ ਗਾਇਬ ਕਰ ਦਿੱਤਾ ਪੱਟੀ ਦੇ ਲੋਕਾਂ ਨੇ ਬੜੇ ਚੋਟੀ ਦੇ ਪਹਿਲਵਾਨਾਂ ਦਾ ਦੰਗਲ ਵੀ ਦੇਖਿਆ ਘੁਲਣ ਵਾਲੇ ਸਨ ਮੰਗਲ ਸਿੰਘ ਤਰਗਾ ਤੇ ਦਾਰਾ ਸਿੰਘ ਦੁਲੀਚੀਪੁਰੀਆ ਦਾ ਕੋਲ 1953 ਵਿੱਚ ਟਾਂਗਿਆਂ ਦੇ ਪੁਰਾਣੇ ਅੱਡੇ ਵਿੱਚ ਹੋਇਆ ਸੀ ਵੇਖਣ ਵਾਲੇ ਲੋਕਾਂ ਦਾ ਕੋਈ ਹਿਸਾਬ ਨਹੀਂ ਸੀ ਆਲੇ-ਦੁਆਲੇ ਦੇ ਕੋਠਿਆਂ ਉੱਪਰ ਵੀ ਤੇਲ ਸੁੱਟਣ ਦੀ ਥਾਂ ਨਹੀਂ ਸੀ ਦੋਵੇਂ ਪਹਿਲਵਾਨ ਪੂਰਾ ਤਾਣ ਲਗਾ ਕੇ ਕੋਲੇ ਅੱਧੇ ਘੰਟੇ ਤੋਂ ਜ਼ਿਆਦਾ ਘੋਲ ਚੱਲਿਆ ਪਰ ਕੁਸ਼ਤੀ ਸਾਵੇਂ ਛੁੱਟੀ ਫਿਰ ਵੀ ਲੋਕਾਂ ਨੇ ਪੈਸਿਆਂ ਨਾਲ ਪਹਿਲਵਾਨਾਂ ਨੂੰ ਲੱਦ ਦਿੱਤਾ ਇਹਨਾਂ ਤੋਂ ਬਹੁਤ ਅਰਸਾ ਪਹਿਲਾਂ ਪੱਟੀ ਵਿੱਚ ਪਿੰਡ ਕਣੀਕੇ ਦੇ ਕਿਕਰ ਸਿੰਘ ਦਾ ਵੀ ਦੰਗਲ ਹੋਇਆ ਸੀ ਉੱਥੇ ਵੀ ਭੀੜ ਇੰਨੀ ਸੀ ਕਿ ਬਹੁਤ ਸਾਰੇ ਲੋਕ ਉਸ ਕਾਲੇ ਰੰਗ ਦੇ ਦੇਵਕਦ ਪਹਿਲਵਾਨ ਨੂੰ ਦੇਖ ਨਾ ਸਕੇ ਫਿਰ ਕੁਝ ਲੋਕਾਂ ਨੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਕਿ ਪਹਿਲਵਾਨ ਨੂੰ ਕੋਠੇ ਉੱਪਰ ਚੜਾ ਕੇ ਦੰਗਲੀ ਰੂਪ ਵਿੱਚ ਦਰਸ਼ਨ ਕਰਵਾਏ ਜਾਣ ਪਹਿਲਵਾਨ ਮੰਨ ਗਿਆ ਭਾਵੇਂ ਬੜਾ ਅੜਬ ਸੀ ਇਸ ਦੇ ਨਾਲਦਿਆਂ ਵਿੱਚੋਂ ਇੱਕ ਬੰਦੇ ਨੇ ਇਸ ਦਾ ਜਾਂਗੀਆਂ ਫੜ ਕੇ ਆਪਣੀਆਂ ਅੱਖਾਂ ਦੀ ਉਚਾਈ ਤੋਂ ਥੱਲੇ ਵੱਲ ਨੂੰ ਲਮਕਾ ਕੇ ਦਿਖਾਇਆ ਜਾਂਗੀਆਂ ਉਸ ਬੰਦੇ ਦੇ ਕੱਦ ਜਿੱਡਾ ਹੀ ਸੀ ਬਾਬਾ ਫਤੇ ਸਿੰਘ ਬਲਟੋਹਾ ਮੰਗਲ ਸਿੰਘ ਤਰਗਾ ਸ਼ਾਮ ਸਿੰਘ ਕਾਲੇ ਨੇੜੇ ਪਿੱਖੀਵਿੰਡ ਕਿਕਰ ਸਿੰਘ ਖਣੀਕੇ ਗੁੰਗਾ ਸਿਆਲਕੋਟਿਆ ਗੰਡਾ ਸਿੰਘ ਜੌੜ ਗਾਮਾ ਪਹਿਲਵਾਨ ਲਾਹੌਰ ਵਾਲਾ ਕੇਸਰ ਸਿੰਘ ਪਟਿਆਲਾ ਆਦ ਇਹਨਾਂ ਦੇ ਜੋੜ ਦਾ ਮੈਨੂੰ ਕੋਈ ਹੋਰ ਨਜ਼ਰ ਨਹੀਂ ਆਉਂਦਾ ਨੰਬਰ 1 ਖਾੜਕੂ ਲਹਿਰ ਅਤੇ ਪੱਟੀ ਖਾੜਕੂ ਲਹਿਰ ਦਾ ਮੁੱਢ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਜਿਆ ਖਾਲਸਾ ਜਿਸ ਦਾ ਉਦੇਸ਼ ਨਿਆਂ ਆਜ਼ਾਦੀ ਬਰਾਬਰਤਾ ਜਾਤ ਪਾਤ ਦੀ ਸਮਾਪਤੀ ਹੱਥੀ ਮਿਹਨਤ ਨਾਲ ਕਮਾਉਣਾ ਤੇ ਵੰਡ ਛਕਣਾ ਹੈਂਕੜ ਗਰੂਰ ਈਰਖਾ ਲਾਲਚ ਫਿਰਕਾ ਪ੍ਰਸਤੀ ਵਿਅਰਥ ਖੂਨ ਖਰਾਬੇ ਰਹਿ ਸਮਾਜ ਉਸਾਰੀ ਜਬਰੋ ਸਿਤਮ ਢਾਉਣ ਵਾਲੀ ਸਰਕਾਰ ਨਹੀਂ ਬਲਕਿ ਨਿਆਂ ਭਰਪੂਰ ਜਨ ਸੇਵਾਦਾਰ ਸਰਕਾਰ ਬਣਾਉਣੀ ਸੀ ਨਾ ਕੋਈ ਮਾਲਕ ਤੇ ਨਾ ਕੋਈ ਗੁਲਾਮ ਬੇਕਮਪੁਰਾ ਸਿਰਜਣਾ ਹੈ ਨਿਸ਼ਾਨੇ ਉੱਤੇ ਇਹ ਸਭ ਕੁਝ ਸਿੱਖ ਸਾਈ ਕੀ ਸੋਚ ਵਿੱਚ ਲੋਹੇ ਵਾਂਗ ਜੜਿਆ ਪਿਆ ਹੈ ਤੇ ਸਦੀਵੀ ਰਹੇਗਾ ਇਸ ਨਿਸ਼ਾਨੇ ਦੀ ਪ੍ਰਾਪਤੀ ਲਈ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਲੈ ਕੇ ਅੱਜ ਤੱਕ ਕਿਸੇ ਨਾ ਕਿਸੇ ਰੂਪ ਵਿੱਚ ਸੰਘਰਸ਼ ਚੱਲਦਾ ਰਿਹਾ ਹੈ ਔਰੰਗਜ਼ੇਬ ਫਰਾਕਸ਼ੀ ਨਾਦਰ ਸ਼ਾ ਅਹਿਮਦ ਸ਼ਾ ਅਬਦਾਲੀ ਅੰਗਰੇਜ਼ਾਂ ਤੇ ਹਿੰਦੂ ਸਰਕਾਰਾਂ ਨੇ ਮਿੱਥ-ਮਿੱਥ ਕੇ ਸਿੱਖਾਂ ਦੀ ਆਜ਼ਾਦੀ ਦੀ ਭਾਵਨਾ ਨੂੰ ਕੁਚਲ ਦੇਣ ਲਈ ਮਿੱਥ-ਮਿੱਥ ਕੇ ਬੜਾ ਜ਼ੋਰ ਲਗਾਇਆ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀ ਸ਼ਹਾਦਤ ਦੇ ਦਿਨ ਉੱਤੇ ਸ੍ਰੀ ਅੰਮ੍ਰਿਤਸਰ ਵਿਖੇ ਸਿੱਖ ਬਜ਼ੁਰਗਾਂ ਬੀਬੀਆਂ ਮਾਈਆਂ ਬੱਚਿਆਂ ਦੇ ਹੋਏ ਇਕੱਠ ਜੋ ਗੁਰੂ ਸਾਹਿਬ ਦੀ ਸ਼ਹਾਦਤ ਵਾਲੇ ਦਿਨ ਨਮਸਤਕ ਹੋਣ ਲਈ ਆਏ ਸਨ ਉੱਤੇ ਟੈਂਕਾਂ, ਤੋਪਾਂ, ਹੈਲੀਕਾਪਟਰਾਂ ਨਾਲ ਹਮਲਾ ਕੀਤਾ ਗਿਆ। ਮਾਨੋ ਜਿਵੇਂ ਕੋਈ ਦੁਸ਼ਮਣ ਮੁਲਕ ਦੁਸ਼ਮਣ ਉੱਤੇ ਹਮਲਾ ਕਰਦਾ ਹੈ। ਅੰਨੇਵਾ ਗੋਲੀਆਂ ਗੋਲੇ ਚੱਲੇ। ਸ੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ ਗਿਆ। ਦਰਬਾਰ ਸਾਹਿਬ ਦਾ ਗੋਲੀਆਂ ਨਾਲ ਗੰਭੀਰ ਜ਼ਖਮੀ ਕੀਤਾ। ਦਰਸ਼ਨੀ ਡਿਉੜੀ ਜਿਸ ਉੱਤੇ ਤੋਸ਼ੇ ਖਾਨੇ ਵਿੱਚ ਬੜਾ ਕੀਮਤੀ ਸਮਾਨ ਮਿਸਾਲ ਵਜੋਂ ਬੜਾ ਕੀਮਤੀ ਚੋਰ ਤੇ ਚਾਨਣੀ ਸੜ ਕੇ ਸੁਆਹ ਹੋਈ ਤੋਸ਼ਾਖਾਨਾ ਲੁੱਟਿਆ ਤੇ ਬੜਾ ਕੀਮਤੀ ਸਮਾਨ ਧਰੂ ਲਿਆ ਦਰਸ਼ਨੀ ਡਿਉੜੀ ਦਾ ਨੁਕਸਾਨ ਹੋਇਆ ਰਾਗੀ ਕੀਰਤਨੀਏ ਗਰੰਥੀ ਸਿੰਘ ਅਤੇ ਗੁਰੂ ਮਹਾਰਾਜ ਦੇ ਸਰੂਪ ਵਿੱਚ ਗੋਲੀਆਂ ਵਜੀਆਂ ਗਰੰਥੀ ਸਿੰਘ ਗੋਲੀ ਵੱਜ ਕੇ ਸ਼ਹੀਦ ਹੋਇਆ ਦੋ ਰਾਗੀ ਸਿੰਘ ਦਰਬਾਰ ਸਾਹਿਬ ਤੋਂ ਬਾਹਰ ਨਿਕਲਦੇ ਗੋਲੀ ਲੱਗ ਕੇ ਸ਼ਹੀਦ ਹੋਏ ਇਹ ਨਰਦਈ ਫੌਜੀ ਬੂਟਾਂ ਸਮੇਤ ਸਿਗਰਟਾਂ ਬੀੜੀਆਂ ਪੀਂਦੇ ਪ੍ਰਕਰਮਾ ਵਿੱਚਲੇ ਕਮਰਿਆਂ ਵਿੱਚ ਬੈਠੇ ਨੌਜਵਾਨ ਬੱਚੇ ਤੇ ਬੱਚੀਆਂ ਬੀਬੀਆਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਇਨ੍ਹਾਂ ਫੌਜੀਆਂ ਨੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵੇੜੇ ਵਿੱਚ ਬੈਠੀ ਸੰਗਤ ਉੱਪਰ ਉਤੋਂ ਬੰਬ ਸੁੱਟ ਕੇ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤ ਮਾਰੀ ਤੇ ਜ਼ਖਮੀ ਕੀਤੀ। ਇਹ ਇੱਕ ਹਿਰਦੇ ਵਿਦ ਘਟਨਾ ਇਸ ਘਾਰੇ ਦੀ ਘਟਨਾ ਹੈ। ਇਸ ਬੰਬ ਦੇ ਫਟਣ ਦੀ ਵਜ੍ਹਾ ਨਾਲ ਮਾਂ ਮਰ ਗਈ। ਦੋ ਤੇ ਚੁੰਗ ਦਾ ਬੱਚਾ ਵਾਹਿਗੁਰੂ ਦੀ ਕਿਰਪਾ ਨਾਲ ਬਚ ਗਿਆ। ਸ਼ਾਤੀ ਉੱਤੇ ਪਿਆਰ ਹੋ ਰਿਹਾ ਸੀ ਇੱਕ ਹਿੰਦੂ ਫੌਜੀ ਆਇਆ ਬੱਚੇ ਨੂੰ ਲੱਤਾਂ ਤੋਂ ਫੜ ਕੇ ਲਿਜਾ ਕੇ ਕੰਦ ਨਾਲ ਮਾਰਿਆ ਉਹ ਮਾਸੂਮ ਬੱਚਾ ਸ਼ਹੀਦ ਹੋ ਗਿਆ ਇਸ ਤਰ੍ਹਾਂ ਉਸ ਹਿੰਦੂ ਨੇ ਸੂਰਮਗਤੀ ਦਾ ਪ੍ਰਦਰਸ਼ਨ ਕੀਤਾ ਜੋ ਉਥੇ ਅਕੈਤ ਅਸਹਿ ਜ਼ੁਲਮ ਵਾਪਰੇ ਕਲਮ ਲਿਖਣ ਤੋਂ ਕਾਸਰ ਹੈ ਅੰਮ੍ਰਿਤਸਰ ਲਾਹੌਰ ਸ਼ੇਖੂਪura ਤਰਨਤਾਰਨ ਤੇ ਕੁਝ ਹਿੱਸਾ ਲਾਇਲਪੁਰ ਇਹ ਧੌਲ ਜਾਂ ਮਾਝੇ ਦਾ ਇਲਾਕਾ ਅਖਵਾਉਂਦਾ ਹੈ ਪਰ ਅਸਲ ਮਾਝਾ ਲਾਹੌਰ ਤੇ ਅੰਮ੍ਰਿਤਸਰ ਦੇ ਇਲਾਕੇ ਨੂੰ ਹੀ ਮੰਨਿਆ ਜਾਂਦਾ ਹੈ ਇੱਥੋਂ ਦੇ ਲੋਕ ਬੜੇ ਬਹਾਦਰ ਅਣਖੀਲੇ ਇਨਕਲਾਬੀ ਜੰਗ ਵੇਲੇ ਮੂਹਰ ਲੀਆਂ ਸਫਾਂ ਵਿੱਚ ਮੌਤ ਨੂੰ ਗਲ ਲਗਾਉਣ ਵਾਲੇ ਇਸੇ ਕਰਕੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਕੇ ਪੰਜਾਬ ਤੋੜਨ ਲੱਗਿਆਂ ਇਹ ਪੱਕੀ ਤਾਗੀਦ ਕੀਤੀ ਸੀ ਕਿ ਜਿੰਨਾ ਚਿਰ ਤੇਰੇ ਨਾਲ ਮਝੈਲ ਨਾ ਰਲਣ ਉਹਨਾਂ ਚਿਰ ਸਰਹੰਦ ਉੱਤੇ ਹਮਲਾ ਨਹੀਂ ਕਰਨਾ ਜਦ ਆਣ ਰਲਣ ਫਿਰ ਪਲ ਨਹੀਂ ਲਗਾਉਣਾ ਨਤੀਜਾ ਤੂੰ ਅੱਖੀਂ ਵੇਖ ਲਵੇਂਗਾ ਜੋ ਕੁਝ ਹੋਇਆ ਫਿਰ ਚੱਪੜਚੜੀ ਦੇ ਮੁਕਾਮ ਉੱਤੇ ਹੋ ਰਹੀ ਲੜਾਈ ਵਿੱਚ ਵਜ਼ੀਰ ਖਾਨ ਦੀਆਂ ਹਾਥੀਆਂ ਤੋਪਾਂ ਘੋੜ ਸਵਾਰ ਪੈਦਲ ਤੇ ਲੱਖਾਂ ਦੀ ਗਿਣਤੀ ਵਿੱਚ ਮੁਲਖਈਆ ਇਹ ਸਾਰੀ ਤਾਕਤ ਦੇ ਹੁੰਦਿਆਂ ਵਜ਼ੀਰ ਖਾਨ ਨੂੰ ਕਿਵੇਂ ਮਿੱਟੀ ਵਿੱਚ ਰੋਲ ਕੇ ਮਾਰਿਆ ਇਤਿਹਾਸ ਗਵਾਹ ਹੈ ਪੱਟੀ ਨੂੰ ਵੀ ਮਾਜੇ ਦੀ ਧੁੰਨੀ ਮੰਨਿਆ ਜਾਂਦਾ ਹੈ ਇੰਦਰਾ ਗਾਂਧੀ ਦਾ ਪ੍ਰੇਸ਼ਟਕਾਰਾ ਜੋ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਉਸਨੇ ਕੀਤਾ ਮਾਝੇ ਦੇ ਲੋਕ ਕਿਵੇਂ ਅਪੇਜ ਰਹਿ ਸਕਦੇ ਸਨ ਗਿਆਨੀ ਜਰਨੈਲ ਸਿੰਘ ਜੀ ਦੀ ਪਾਗ ਪਵਿੱਤਰ ਅਗਵਾਈ ਤੇ ਦੁਨੀਆਂ ਦੇ ਨਾਮਵਰ ਜਰਨੈਲ ਜਰਨਲ ਸੁਬੇਕ ਸਿੰਘ ਜਿਸ ਨੂੰ ਬੰਗਾਲ ਵਿੱਚ ਮੁਕਤੀ ਬਾਨੀ ਦਾ ਆਗੂ ਬਣਾ ਕੇ ਪਾਕਿਸਤਾਨੀ ਫੌਜ ਨੂੰ ਦਿਨ ਦੀਵੀਂ ਤਾਰੇ ਟੁੱਟਦੇ ਦਿਖਾ ਦਿੱਤੇ ਦੀ ਸ਼ੂਰਮ ਗਤੀ ਨੇ ਮਝੈਲ ਗੱਬਰੂਆਂ ਦਾ ਖੂਨ ਉਬਾਲਿਆ ਮਾਮੂਲੀ ਹਥਿਆਰਾਂ ਨਾਲ ਹਿੰਦੂਆਂ ਦੀ ਸੂਰਬੀਰ ਆਦੰਬੋ ਆਦੰਬੋ ਕਰਦੀ ਫੌਜ ਨੂੰ ਢੋਲ ਚਟਾ ਦਿੱਤੀ ਤੇ ਕਿੰਨਾ ਹੀ ਲੰਮਾ ਸਮਾਂ ਝਟਾਉਂਦੀ ਰਹੀ। ਘੱਟੀ ਦੇ ਆਲੇ ਦਿਵਾਲੇ ਦੇ ਖਾੜਕੂ ਸੂਰਬੀਰ ਗੱਬਰੂਆਂ ਨੇ ਮੱਥੇ ਜੋੜ ਕੇ ਪੁਲਿਸ ਨਾਲ ਜੋ ਵਿਹਾਰਾ ਕੀਤਾ ਬੜੀ ਲੰਮੀ ਖੂਨ ਦਾ ਖੂਨੀ ਦਾਸਤਾਨ ਹੈ। ਇਹੋ ਜੇ ਵੇਲਿਆਂ ਵਿੱਚ ਲੁਟੇਰਿਆਂ ਨੇ ਰਲ ਕੇ ਜੋ ਬਾਬਾ ਬੰਦਾ ਸਿੰਘ ਬਹਾਦਰ ਦੀ ਲਹਿਰ ਦਾ ਨੁਕਸਾਨ ਕੀਤਾ ਉਹੋ ਜੀ ਲੁਟੇਰ 1984 ਤੋਂ ਮਗਰੋਂ ਵੀ ਆਪਣਾ ਮਨਹੂਸ ਚਿਹਰਾ ਲੈ ਕੇ ਉੱਠ ਖਲੋਤੀ। ਜਿਸ ਵਿੱਚ ਸਰਕਾਰ ਨੇ ਵੀ ਆਪਣਾ ਬਹੁਤ ਵੱਡਾ ਹਿੱਸਾ ਪਾਇਆ ਸਰਕਾਰ ਦੇ ਨਾਸੀ ਧੂਆਂ ਚੜਾਉਣ ਵਾਲਿਆਂ ਹਥਿਆਰਬੰਦ ਗੱਬਰੂਆਂ ਮਜਾਲਾਂ ਵਿੱਚ ਤਰੇੜਾਂ ਪੈਦਾ ਕੀਤੀਆਂ ਪੱਟੀ ਵਿੱਚ ਕੁਝ ਲੁਟੇਰਿਆਂ ਕੁਝ ਕੁ ਅਜੋਗ ਕਾਰਵਾਈ ਕੀਤੀ ਤੇ ਕਈ ਮਾਸੂਮ ਹਿੰਦੂ ਡਰਦੇ ਹੀ ਪੱਟੀ ਛੱਡ ਗਏ ਇਹਨਾਂ ਜ਼ਰੂਰ ਹੈ ਕਿ ਪੱਟੀ ਵਿੱਚ ਸਿਵਾਏ ਸੋਦਰਸ਼ਨ ਤਰੇਣ ਤੋਂ ਬਿਨਾ ਹੋਰ ਕਿਸੇ ਦਾ ਖੂਨ ਨਹੀਂ ਡੁੱਲਿਆ ਸੋਦਰਸ਼ਨ ਤਰੇਣ ਬੜਾ ਸਾਉ ਸੁਹਿਰ ਦਾ ਆਮ ਲੋਕਾਂ ਦਾ ਮਦਦਗਾਰ ਡਾਕਟਰ ਸੀ ਉਸ ਨੂੰ ਕਿਉਂ ਮਾਰਿਆ ਗਿਆ ਕਿਸ ਨੇ ਮਰਵਾਇਆ ਸੱਚ ਅਜੇ ਭੇਦ ਦੀਆਂ ਤਹਾਂ ਵਿੱਚ ਹੀ ਹੈ ਉਸ ਦੇ ਨਾਮ ਦੀ ਯਾਦਗਾਰ ਸਾਥ ਨੂੰ ਸਾਂਭਣ ਸਵਾਰਨ ਤੇ ਪਰਫੁੱਲਤ ਕਰਨ ਵਾਸਤੇ ਸਿਆਸੀ ਤਾਕਤ ਦਾ ਧਿਆਨ ਹੋ ਗਿਆ ਹੈ ਵੇਖੋ ਸੰਕਲਪ ਕਦੋਂ ਸਿਰੇ ਚੜਦਾ ਆਸ ਹੈ ਚੜੂਗਾ ਛੇਤੀ ਹੀ ਪੱਟੀ ਵਿੱਚ ਇੱਕ ਸੁਦਰਸ਼ਨ ਤ੍ਰੇਣ ਦੇ ਕਜਲ ਤੋਂ ਬਿਨਾ ਪ੍ਰਸਾਦ ਵਾਲੀ ਕੋਈ ਗੱਲ ਨਹੀਂ ਹੋਈ ਭਿੱਖੀ ਵੰਡ ਬਲਟੋਹਾ ਖਾਲੜਾ ਚਭਾਲ ਆਦ ਵਿੱਚ ਸਰਕਾਰ ਦੀ ਸ਼ਹਿ ਨਾਲ ਲੁੱਟਾਂ ਖੋਹਾਂ ਬਹੁਤ ਹੋਈਆਂ ਪੁਲਿਸ ਦੇ ਇੱਕ ਬਹੁਤ ਵੱਡੇ ਆਈਪੀਐਸ ਅਫਸਰ ਤੇ ਇੱਕ ਹੌਲਦਾਰ ਜੋ ਬਹੁਤ ਸਾਰੇ ਖੜਕੂਆਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰ ਕੇ ਐਸਐਸਪੀ ਬਣਿਆ ਸੀ ਨੇ ਵੱਡੇ ਪੁਲਿਸ ਅਫਸਰਾਂ ਨਾਲ ਰਲ ਕੇ ਲਲਕਾਰਾ ਮਾਰਿਆ ਕਿ ਅਗਲਿਆਂ ਦਸਾਂ ਸਾਲਾਂ ਵਿੱਚ ਇਥੋਂ ਕੋਈ ਗੱਬਰੂ ਜਾਂਜ ਨਹੀਂ ਚੜੇਗਾ ਉਸ ਐਸਐਸਪੀ ਨੇ ਮੁਖਬਰਾਂ ਦੀ ਫੋਰਸ ਬਣਾ ਕੇ ਕਤਲੋਗਾਰਤ ਤੇ ਪੁਲਿਸ ਮੁਕਾਬਲਿਆਂ ਰਾਹੀਂ ਮੁੰਡੇ ਮਕਾਉਣ ਦੀ ਤਾਂ ਹੱਦ ਹੀ ਮੁਕਾ ਦਿੱਤੀ। ਦਰਿਆਵਾਂ ਵਿੱਚ ਰੋੜਿਆਂ ਦੀ ਤਾਂ ਕੋਈ ਗੱਲ ਨਹੀਂ ਪਰ ਜਿਹੜੇ ਸੇਵਿਆਂ ਵਿੱਚ ਫੂਕੇ ਗਏ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਉਹਨਾਂ ਦੀ ਗਿਣਤੀ 25000 ਦੱਸੀ ਹੈ। ਇਸੇ ਕਾਰਨ ਹੀ ਸਰਦਾਰ ਜਸਵੰਤ ਸਿੰਘ ਨੂੰ ਫੜ ਕੇ ਕਈ ਥਾਣਿਆਂ ਵਿੱਚ ਰੱਖ ਕੇ ਅਕੈ ਅਤੇ ਅਸਹਿ ਤਸ਼ੱਦਦ ਕੀਤਾ। ਕੇਪੀਐਸ ਗਿੱਲ ਤੇ ਸੰਧੂ ਕਹਿੰਦੇ ਰਹੇ ਕਿ 25000 ਦੀ ਗਿਣਤੀ ਵਾਲੀਆਂ ਫਾਈਲਾਂ ਸਾਡੇ ਹਵਾਲੇ ਕਰ ਦੇ ਤੇ ਚੁੱਪਚਾਪ ਘਰ ਨੂੰ ਚਲਿਆ ਜਾ। ਜਦੋਂ ਉਹਨਾਂ ਦੇ ਵਾਰ-ਵਾਰ ਦਾਬੇ ਮਾਰਨ ਅਤੇ ਫਾਇਲਾ ਮੰਗਣ ਉੱਤੇ ਇਨਕਾਰ ਕਰ ਦਿੱਤਾ ਤਾਂ ਆਖਰੀ ਦਾਬਾ 25000 ਪਲੱਸ ਭਾਵ 1 ਜਮਾ ਤੁਮੀ ਹੋਵੇਗਾ ਪੰਜਾਬ ਪੁਲਿਸ ਨੇ ਇਸ ਦਾਬੇ ਨੂੰ ਸੱਚ ਕਰ ਦਿਖਾਇਆ ਸਰਦਾਰ ਜਸਵੰਤ ਸਿੰਘ ਨੂੰ ਮਾਰ ਕੇ ਕਿਵੇਂ ਰੋੜਿਆ ਇਹ ਭਾਵੇਂ ਭੇਦ ਹੀ ਹੈ ਪਰ ਸਰਦਾਰ ਜਸਵੰਤ ਸਿੰਘ ਜਿਉਂਦੇ ਜੀ ਆਪਣੇ ਬੋਲ ਉੱਤੇ ਦ੍ਰਿੜ ਰਿਹਾ ਭਾਵੇਂ ਅੱਜ ਉਹ ਤਿੰਨੇ ਹੀ ਦੁਨੀਆ ਵਿੱਚ ਨਹੀਂ ਹੈਗੇ ਸਰਦਾਰ ਕੁਲਦੀਪ ਸਿੰਘ ਬੱਚੜਾ ਚਸ਼ਮਦੀਦ ਗਵਾਹੀ ਹੈ ਨਹੀਂ ਪਰ ਮੂੰਹੋਂ ਮੂੰਹ ਚੱਲਦੇ ਬਿਆਨਾਂ ਸਦਕਾ ਗੱਲਾਂ ਵਿੱਚ ਇਹ ਭੇਦ ਸਰਦਾਰ ਜਸਵੰਤ ਸਿੰਘ ਨਾਲ ਕੀ ਬਣੀ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਸਰਦਾਰ ਜਸਵੰਤ ਸਿੰਘ ਇਤਿਹਾਸ ਦਾ ਇੱਕ ਬਹੁਤ ਵੱਡਾ ਅਧਿਆਇ ਚੈਪਟਰ ਜਾਨ ਦੀ ਬਾਜ਼ੀ ਲਗਾ ਕੇ ਲਿਖ ਗਿਆ ਹੈ ਉਹ ਸਦੀਵ ਕਾਲ ਜ਼ਿੰਦਾ ਰਹੇਗਾ ਪਰ ਉਸ ਮਾਰਨ ਵਾਲਿਆਂ ਨੇ ਹਿਮਾਲਿਆ ਪ੍ਰਬਤਾਂ ਜਿੱਡੇ ਲਾਂਤਾਂ ਦੇ ਪਹਾੜ ਆਪਣੇ ਉੱਤੇ ਸੁੱਟ ਲਏ ਹਨ ਉਹ ਇਤਿਹਾਸ ਦੇ ਲਾਂਤੀ ਪਾਤਰ ਹਨ ਜਦੋਂ ਵੀ ਕੋਈ ਉਹਨਾਂ ਨੂੰ ਯਾਦ ਕਰੇਗਾ ਲੱਖ ਲਾਂਤ ਕਹਿ ਕੇ ਹੀ ਯਾਦ ਕਰੇਗਾ ਇਹ ਜਲੀਲ ਮੌਤ ਦੇ ਹੀ ਲਾਂਤੀ ਪਾਤਰ ਹਨ ਨੰਬਰ 2 ਸਰਦਾਰ ਤਾਰਾ ਸਿੰਘ ਲਲਿਆਣੀ ਸਰਹਾਲੀ ਵਾਲਿਆਂ ਦੇਸ਼ਵੰਡ ਤੋਂ ਪਹਿਲਾਂ 1947 ਇਹ ਸਰਦਾਰ ਆਨੰਦ ਸਿੰਘ ਦਾ ਪਰਿਵਾਰ ਲਲਿਆਣੀ ਵਿੱਚ ਬੜੀ-ਬੱਡੀ ਜ਼ਮੀਨੀ ਜਾਇਦਾਦ ਦਾ ਬੜਾ ਵੱਡਾ ਕਹਿੰਦਾ ਕਹੋਂਦਾ ਅਮੀਰ ਜੱਟ ਪਰਿਵਾਰ ਸੀ ਸਰਦਾਰ ਆਨੰਦ ਸਿੰਘ ਦਾ ਇੰਨਾ ਪ੍ਰਭਾਵ ਸੀ ਕਿ ਆਲੇ-ਦੁਆਲੇ ਦੇ ਪਿੰਡ ਸਰਦਾਰ ਆਨੰਦ ਸਿੰਘ ਦਾ ਕਿਹਾ ਨਹੀਂ ਮੋੜਦੇ ਕਤਲਾਂ ਡਾਕਿਆਂ ਚੋਰੀ ਦੇ ਫੈਸਲੇ ਸਰਦਾਰ ਆਨੰਦ ਸਿੰਘ ਦੇ ਸਭਾ ਸਥਾਨ ਉੱਤੇ ਹੀ ਹੋ ਜਾਂਦੇ ਜੇ ਲਾਗੇ ਬੰਨੇ ਕੋਈ ਕਤਲ ਹੋਇਆ ਜਾਂ ਡਾਕਾ ਪਿਆ ਤਾਂ ਲਾਹੌਰ ਦੇਆਂ ਵਕੀਲਾਂ ਨੇ ਝਾਕ ਲਗਾਈ ਤੇ ਉਮੀਦਾਂ ਬਣੀਆਂ ਕਿ ਕੇਸ ਸਾਡੇ ਕੋਲ ਆਵੇਗਾ ਪਰ ਵਿੱਚੋਂ ਹੀ ਕਿਸੇ ਸਿਆਣੇ ਵਕੀਲ ਨੇ ਕਹਿਣਾ ਕਿ ਮਤ ਉਮੀਦੇ ਘੋੜੇ ਉੱਤੇ ਸਵਾਰ ਹੋ ਕੇ ਅਸਮਾਨ ਵੱਲ ਪਰਵਾਜ਼ ਕਰੋ ਇੱਕ ਹਤਲ ਡਾਕਾ ਸਰਦਾਰ ਆਨੰਦ ਸਿੰਘ ਦੀ ਪ੍ਰਵਾਹੀ ਜੂ ਵਿੱਚ ਵਾਪਰਿਆ ਹੈ ਇਸ ਦਾ ਫੈਸਲਾ ਸਰਦਾਰ ਆਨੰਦ ਸਿੰਘ ਦੀ ਸਭਾ ਵਿੱਚ ਹੀ ਹੋ ਜਾਣਾ ਹੈ ਤੁਹਾਡੇ ਕੋਲ ਕਿਸ ਨੇ ਨਹੀਂ ਆਉਣਾ ਪਰ ਬਾਕੀ ਦਾ ਮਾਝੇ ਦਾ ਇਲਾਕਾ ਤੁਹਾਡੇ ਕੋਲ ਹੀ ਆਉਣਾ ਹੈ ਬਾਕੀ ਦਾ ਮਾਝੇ ਦਾ ਇਲਾਕਾ ਤੁਹਾਨੂੰ ਬਹੁਤ ਕੇਸ ਦੇਵੇਗਾ ਉਥੇ ਡਾਂਗ ਸੋਟਾ ਚੱਲਦਾ ਹੀ ਰਹਿੰਦਾ ਹੈ ਤੁਹਾਡੀ ਰੋਜ਼ੀ ਰੋਟੀ ਲਈ ਕੁਝ ਕੋ ਮੀਲਾਂ ਦਾ ਇਲਾਕਾ ਹੀ ਕਾਫੀ ਹੈ ਰੱਜ ਕੱਜ ਕੇ ਖਾਓ ਤੇ ਆਨੰਦ ਲੁੱਟੋ ਸਰਦਾਰ ਆਨੰਦ ਸਿੰਘ ਵਾਲੇ ਪਾਸੇ ਨੂੰ ਭੁੱਲ ਜਾਓ ਅੰਗਰੇਜ਼ਾਂ ਦਾ ਕੋਈ ਅਫਸਰ ਲਾਹੌਰ ਦਰਬਾਰ ਦੇ ਅਫਸਰਾਂ ਨਾਲ ਗੱਲਬਾਤ ਕਰਨ ਲਈ ਜਦ ਕਦੀ ਵੀ ਆਇਆ ਸਰਦਾਰ ਆਨੰਦ ਸਿੰਘ ਦੀ ਹਵੇਲੀ ਨੂੰ ਹੀ ਉਤਮ ਥਾਂ ਚੁਣ ਕੇ ਇੱਥੇ ਹੀ ਮੁਲਾਕਾਤ ਹੁੰਦੀ ਤੇ ਗੱਲਬਾਤ ਚੱਲਦੀ ਮਹਾਰਾਜੇ ਰਣਜੀਤ ਸਿੰਘ ਦੀ ਸਰਕਾਰ ਵੇਲੇ ਇਹ ਥਾਂ ਬੜਾ ਮਾਣ ਮੱਤਾ ਸੀ ਲਲਿਆਣੀ ਵਾਲੇ ਸਰਦਾਰ ਵੰਡਵੇਲੇ ਜਦੋਂ ਇਸ ਨੂੰ ਛੱਡ ਕੇ ਤੁਰੇ ਤਾਂ ਉਸ ਵੇਲੇ 18 ਘੋੜੇ ਘੋੜੀਆਂ ਤੇ ਬਸ਼ੇਰੇ ਬਸ਼ੇਰੀਆਂ ਇਸ ਪਰਿਵਾਰ ਪਾਸ ਸਨ ਇਹ ਲੋਕ ਇੱਥੇ ਹੀ ਛੱਡ ਆਏ ਸਭ ਤੋਂ ਅਫਸੋਸ ਦੀ ਗੱਲ ਇਹ ਸਰਦਾਰ ਆਨੰਦ ਸਿੰਘ ਦਾ ਮਾਮੂਲੀ ਬੰਦੇ ਨੇ ਖੂਨ ਕਰ ਦਿੱਤਾ ਪਰਿਵਾਰ ਨੇ ਲਲਿਆਣਿਓ ਚੱਲ ਕੇ ਪੱਟੀ ਆਂਟੇ ਕਾਣਾ ਕੀਤਾ ਬਹੁਤ ਸਾਰੀ ਜ਼ਮੀਨ ਕਟਾਂ ਦੀ ਭੇਟ ਚੜ ਗਈ ਜੋ ਮਿਲੀ ਉਹ ਵੀ ਕਈ ਥਾਈਂ ਇੱਕ ਭਰਾ ਨੂੰ ਲੱਧੂ ਜਾ ਸੁਟਿਆ ਟੱਬਰ ਵੰਡਿਆ ਗਿਆ ਪਰ ਮੋਹ ਪਿਆਰ ਉਨਾ ਹੀ ਰਿਹਾ ਲੱਲਿਆਣੀ ਸ਼ਾਹੀ ਮਹਿਲਾਂ ਵਰਗੇ ਘਰ ਛੱਡ ਕੇ ਆਏ ਸਨ ਜਿਹੜਾ ਪੱਟੀ ਘਰ ਮਿਲਿਆ ਭਾਵੇਂ ਬਥੇਰਾ ਵੱਡਾ ਤੇ ਠੀਕ ਠਾਕ ਸੀ ਪਰ ਜਿਹੜੇ ਘਰ ਪਿੱਛੇ ਛੱਡ ਕੇ ਆਏ ਸੀ ਉਥੇ ਇੰਨੇ ਥਾਂ ਵਿੱਚ ਤਾਂ ਉਹਨਾਂ ਦਾ ਘੋੜਿਆਂ ਦਾ ਤਬੇਲਾ ਹੀ ਸੀ ਪੱਟੀ ਦੇ ਬਾਹਰ ਵੱਾਰ ਜੋ ਪੂਰਬ ਵੱਲੋਂ ਸੜਕ ਆਉਂਦੀ ਹੈ ਇਹਨਾਂ ਨੂੰ ਸੜਕ ਦੇ ਦੋਹੀ ਪਾਸੇ ਘਰ ਵਜੋਂ ਥਾਂ ਅਲਾਟ ਹੋਇਆ ਇਸ ਸੜਕ ਦੇ ਕੰਢੇ ਨਿੱਕੀ-ਨਿੱਕੀ ਕੰਦੋਂ ਅੰਦਰ ਵਾਰ ਇਹ ਸ਼ਾਂ ਵਾਲਾ ਰੁੱਖ ਬੋੜ ਕੱਲ ਤੱਕ ਤਾਂ ਜਰੂਰ ਹੈਗਾ ਸੀ ਸਰਦਾਰ ਤਾਰਾ ਸਿੰਘ ਉਸ ਥੱਲੇ ਮੰਝੇ ਉੱਤੇ ਬੜੀ ਠਾਠ ਨਾਲ ਬੈੰਦਾ ਮਿਲਣ ਵਾਲੇ ਆਦਮੀ ਇੱਥੇ ਆ ਕੇ ਉਸ ਦੇ ਲਾਗੇ ਡੱਠੇ ਮੰਝਿਆਂ ਉੱਤੇ ਬਹਿ ਕੇ ਉਸ ਨਾਲ ਗੱਲਾਂ ਕਰਦੇ ਤੇ ਉਸ ਦੀਆਂ ਸੁਣਦੇ ਸਰਦਾਰ ਤਾਰਾ ਸਿੰਘ ਬੜਾ ਸਿਆਣਾ ਅਤੇ ਬਾਰੂਬ ਸ਼ਖਸੀ ਸੀ ਜਿੱਥੇ ਉਹ ਸਿਆਸੀ ਗੱਲਾਂ ਦਾ ਜਾਣੂ ਸੀ ਉਥੇ ਆਯੁਰਵੈਦਿਕ ਅਤੇ ਜੁਨਾਨੀ ਦਵਾਈਖਾਨੇ ਦੇ ਬਹੁਤ ਨੁਸਖੇ ਜਾਦ ਸਨ ਲੋੜਵੰਦ ਆਪਣੀ ਵਿਥਿਆ ਦੱਸ ਕੇ ਕਿਸੇ ਨੁਸਖੇ ਦੀ ਪ੍ਰਾਪਤੀ ਕਰ ਲੈਂਦੇ ਉਸ ਥਾਂ ਉਤੇ ਉਹਨਾਂ ਦੇ ਦਰਸ਼ਨ ਕਰਨ ਦਾ ਦਾਸ ਨੂੰ ਵੀ ਮੌਕਾ ਮਿਲਦਾ ਰਿਹਾ ਇਹਨਾਂ ਦਾ ਝੁਕਾ ਭਾਵੇਂ ਕਾਂਗਰਸ ਵੱਲ ਸੀ ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਵੇਲੇ ਸਰਦਾਰ ਤਾਰਾ ਸਿੰਘ ਨੇ ਉਸ ਦੀ ਕਦੀ ਟੈ ਨਹੀਂ ਸੀ ਮੰਨੀ ਉਸ ਦਾ ਵੱਡਾ ਲੜਕਾ सुरेंद्र ਸਿੰਘ ਉਰਫ ਸ਼ਿੰਦਾ ਨੰਬਰਦਾਰ ਪੱਟੀ ਦੀ ਇੱਕ ਬਾ ਰੋਹ ਸ਼ਖਸੀਅਤ ਹੋਇਆ ਹੈ ਸਰਦਾਰ ਤਾਰਾ ਸਿੰਘ ਦਾ ਭਤੀਜਾ ਸਰਦਾਰ ਹਜੂਰਾ ਸਿੰਘ ਅਲਾਰਟ ਹੋਈ ਜ਼ਮੀਨ ਦੇ ਕਾਫੀ ਵੱਡੀ ਟੁਕੜੀ ਨੂੰ ਸੰਭਰ ਰਿਹਾ ਹੈ ਸਰਦਾਰ ਹਜੂਰਾ ਸਿੰਘ ਸਰਦਾਰ ਸ਼ਿੰਗਾਰ ਸਿੰਘ ਦਾ ਲੜਕਾ ਹੈ ਜੋ ਬੜਾ ਗੁਰਸਿੱਖ ਤੇ ਵਧੀਆ ਕੀਰਤਨੀਆਂ ਹੈ ਜਿੱਥੇ ਸਦੋ ਹਾਜ਼ਰ ਹੋਵੇਗਾ ਕੀਰਤਨ ਭੇਟਾ ਰਹਿਤ ਸਰੋਤਿਆਂ ਵੱਲੋਂ ਗੁਰਬਾਣੀ ਦੇ ਕੀਰਤਨ ਰਸ ਵਿੱਚ ਭਿੱਜ ਕੇ ਭੇਟ ਕੀਤੀ ਮਾਇਆ ਨੂੰ ਹੱਥ ਨਹੀਂ ਲਗਾਉਂਦਾ ਉਸ ਨੂੰ ਉਸ ਦਾ ਸਾਥੀ ਹੀ ਪੜਦਾ ਹੈ ਤੇ ਉਹ ਉਸ ਦੀ ਹੀ ਹੁੰਦੀ ਹੈ ਸਰਦਾਰ ਹਜੂਰਾ ਸਿੰਘ ਸੋਹਣੀ ਦੇਖ ਵਾਲਾ ਦਰਸ਼ਨੀ ਜਵਾਨ ਹੈ ਸਰਦਾਰ ਆਨੰਦ ਸਿੰਘ ਦੇ ਵੰਸ਼ ਵਿੱਚੋਂ ਪਹਿਲਾਂ ਉਸ ਦੇ ਪੁੱਤਾਂ ਤੇ ਫਿਰ ਉਸ ਦੇ ਪੋਤਰਿਆਂ ਨੂੰ ਵੇਖ ਕੇ ਲਲਿਆਣੀ ਸਰਹਾਲੀ ਦੇ ਇਸ ਮਹਾਨ ਨਾਮਵਰ ਮਾਲਦਾਰ ਘਰਾਣੇ ਦਾ ਦ੍ਰਿਸ਼ ਅੱਖਾਂ ਮੂਰੇ ਫਿਲਮ ਵਾਂਗ ਫਿਰ ਜਾਂਦਾ ਹੈ ਇਹ ਵੇਖਣ ਵਿੱਚ ਆਇਆ ਹੈ ਕਿ ਪਿੰਡ ਦੇ ਜਾਂ ਚਾਰਚ ਫਿਰੇ ਦੀ ਜੂਹ ਦੇ ਹਰ ਚੰਗੇ ਤੇ ਨੇਕ ਕੰਮ ਦੀ ਪੂਰਤੀ ਲਈ ਹਜ਼ੂਰਾ ਸਿੰਘ ਮੂਰਲੀ ਸਾਫ ਵਿੱਚ ਖੜਾ ਹੁੰਦਾ ਹੈ ਵਾਹਿਗੁਰੂ ਵੱਲੋਂ ਸਰਦਾਰ ਹਜ਼ੂਰਾ ਸਿੰਘ ਨੂੰ ਬੱਚੇ ਦੀ ਦਾਤ ਬਖਸ਼ਿਸ਼ ਨਹੀਂ ਹੋਈ ਪਰ ਉਸਦੇ ਪਾਣੇ ਵਿੱਚ ਸਰਸ਼ਾਰ ਅਤੇ ਖੁਸ਼ ਹੈ ਨੰਬਰ 3 ਮਾਡਰਨ ਹਾਈ ਟੈਕ ਕਲੀਨਿਕਲ ਲੈਬਾਰਟਰੀ ਪੱਟੀ ਪੱਟੀ ਦਾ ਬੜਾ ਕੁਝ ਵਰਣਨ ਹੋਣ ਨੂੰ ਰਹਿ ਜਾਂਦਾ ਦਿਸਦਾ ਹੈ ਸ਼ਾਇਦ ਜੋ ਲਿਖਿਆ ਹੈ ਇਸ ਤੋਂ ਵੀ ਜ਼ਿਆਦਾ ਹੋਵੇ ਇਹ ਲੈਬਾਰਟਰੀ ਜਿਸ ਦਾ ਹੈਡਿੰਗ ਦਿੱਤਾ ਹੈ ਇਹ ਬਹੁਤ ਪੁਰਾਣੀ ਤੇ ਪਹਿਲੀ ਲੈਬਾਰਟਰੀ ਹੈ ਡਾਕਟਰ ਚੀਮਾ ਸਾਹਿਬ ਦੇ ਹਸਪਤਾਲ ਦੇ ਐਨ ਸਾਹਮਣੇ ਸੜਕ ਤੋਂ ਦੂਜੇ ਪਾਸੇ ਇਸ ਨੂੰ ਚਲਾਉਣ ਵਾਲੇ ਸਰਦਾਰ ਹਰਬੰਸ ਸਿੰਘ ਬੀਐਸਸੀ ਮੈਡੀਕਲ ਅਤੇ ਉਹਨਾਂ ਦਾ ਸੁਪੁੱਤਰ ਸਰਦਾਰ ਪ੍ਰਤਾਪ ਸਿੰਘ ਇਸ ਦੇ ਸੰਚਾਲਕ ਹਨ ਇਹ ਅੱਜ ਵੀ ਬੜੇ ਬਾ ਇਤਬਾਰ ਸਵੱਛ ਤੇ ਸੋਹਣੇ ਰਿਜ਼ਲਟ ਬੜੇ ਜੋਗ ਰੇਟ ਤੇ ਦੇ ਰਹੇ ਹਨ ਇੱਥੇ ਲਾਲਚ ਜਾਂ ਹਿਰਾਫੇਰੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸਰਦਾਰ ਹਰਬੰਸ ਸਿੰਘ ਬੜੇ ਗੁਰੂ ਦੇ ਪੈ ਵਾਲੇ ਤੇ ਡਾਕਟਰ ਜਸਬੀਰ ਸਿੰਘ ਚੀਮਾ ਦੇ ਉਚੇਚੇ ਉਪਾਸ਼ਕ ਹਨ ਲੈਬਾਰਟਰੀਆਂ ਹੋਰ ਵੀ ਹਨ ਜਿਵੇਂ ਸਰਦਾਰ ਐਸਪੀ ਸਿੰਘ ਉਭਰਾਏ ਸੰਸਥਾ ਵੱਲੋਂ ਚਲਾਈ ਜਾ ਰਹੀ ਹੈ ਸੰਨੀ ਉਭਰਾਏ ਲੈਬਾਰਟਰੀ ਸ਼ੀਨਾ ਲੈਬਾਰਟਰੀ ਨਵੀਆਂ ਪਰਵੇਸ਼ ਹੋ ਕੇ ਲੋਕਾਂ ਦੀ ਸੇਵਾ ਕਰ ਰਹੀਆਂ ਇਹ ਗੱਲ ਜ਼ਰੂਰ ਕਹਿਣ ਵਾਲੀ ਹੈ ਕਿ ਸੰਨੀ ਉਭਰਾਏ ਲੈਬਾਰਟਰੀ ਸਾਫ਼ ਸੁਥਰੇ ਰਿਜ਼ਲਟ ਦਿੰਦੀ ਹੈ ਇਹ ਲੋੜਵੰਦਾ ਦੇ ਬੋਝੇ ਵੀ ਖਾਲੀ ਨਹੀਂ ਕਰਦੀ ਬڑے ਪੁਰਾਤਨ ਸਮੇਂ ਤੋਂ ਪੱਟੀ بڑے ਰੰਗ ਤਮਾਸ਼ੇ ਦੇਖਦੀ-ਦੇਖਦੀ ਜਿੱਥੇ ਆਖੜੀ ਹੈ ਆਉਣ ਵਾਲੇ ਇਤਿਹਾਸ ਦੀ ਇਹ ਵੀ ਇੱਕ ਕੜੀ ਹੋਵੇਗੀ ਜੇ ਕੋਈ ਇਹ ਕਹੇ ਕਿ ਮੈਂ ਪੱਟੀ ਬਾਰੇ ਸਭ ਕੁਝ ਜਾਣਦਾ ਹਾਂ ਹੱਥੀ ਲਿਖ ਰਿਹਾ ਹਾਂ ਇਹ ਮੁੜ ਤੋਂ ਹੀ ਗਲਤ ਹੈ ਹਰ ਗੱਲ ਦਾ ਪੂਰਨ ਗਿਆਨ ਸਿਰਫ ਤੇ ਸਿਰਫ ਅਕਾਲ ਪੁਰਖ ਨੂੰ ਹੀ ਹੋ ਸਕਦਾ ਹੈ ਬੰਦੇ ਕੋਲ ਜੋ ਕੁਝ ਹੋਰ ਚੁਰ ਹੁੰਦਾ ਹੈ ਉਸ ਨੂੰ ਕਾਗਜ਼ਾਂ ਉੱਤੇ ਲਿਖ ਕੇ ਉਸ ਨੂੰ ਲੋਕਾਂ ਦੇ ਹਵਾਲੇ ਕਰਨ ਯੋਗ ਬਣਾ ਕੇ ਇਹ ਫੜ ਮਾਰੇ ਕੇ ਇਹ ਸਭ ਕੁਝ ਕਰ ਦਿੱਤਾ ਹੈ ਸੰਪੂਰਨ ਸੱਚ ਨਹੀਂ ਦਾਸ ਤਾਂ ਕਹੇਗਾ ਕਿ ਨਦੀ ਵਿੱਚੋਂ ਇੱਕ ਬੂੰਦ ਚੁੱਕੀ ਹੈ ਬਾਕੀ ਬੇ ਹਿਸਾਬ ਇਸ ਦੀ ਪਹੁੰਚ ਤੋਂ ਬਾਹਰ ਹੈ ਤੂੰ ਹਥਿਆਰ ਨਾ ਛੱਡ ਲੱਗਾ ਰੋ ਜੋ ਕੁਝ ਪਤਾ ਹੈ ਭਰਾਵਾਂ ਨਾਲ ਸਾਂਝਾ ਕਰ ਲੈ ਇਹ ਤੇਰਾ ਇਹਿਸਾਨ ਨਹੀਂ ਇਹ ਤਾਂ ਤੂੰ ਥੋੜ੍ਜਿਆ ਫਰਜ਼ ਹੀ ਪੂਰਾ ਕੀਤਾ ਹੈ ਵੇਖ ਪੱਟੀ ਵਿੱਚ ਕੀ ਕੁਝ ਹੈ ਗੁਰਦੁਆਰਾ ਗੁਰੂ ਨਾਨਕਪੁਰੀ ਗੁਰਦੁਆਰਾ ਪੱਟ ਸਹਿਬ ਗੁਰਦੁਆਰਾ ਚੁਬਾਰਾ ਸਾਹਿਬ ਗੁਰਦੁਆਰਾ ਬੀਬੀ ਰਜਨੀ ਗੁਰਦੁਆਰਾ ਭਾਈ ਮਤੀ ਦਾਸ ਗੁਰਦੁਆਰਾ ਭਾਈ ਸਤੀ ਦਾਸ ਜੀ ਗੁਰਦੁਆਰਾ ਮਹੱਲਾ ਬਾਬਾ ਵਿਸ਼ਕਰਮਾ ਗੁਰਦੁਆਰਾ ਭਾਈ ਹਿੰਮਤ ਸਿੰਘ ਜੀ ਗੁਰਦੁਆਰਾ ਭਾਈ ਪ੍ਰਤਾਪ ਸਿੰਘ ਜੀ ਗੁਰਦੁਆਰਾ ਰਾਮਗੜੀਆ ਮੁਹੱਲਾ ਸਿੱਖਾਂ ਵਾਲਾ ਗੁਰਦੁਆਰਾ ਬਾਬਾ ਜੀਵਨ ਸਿੰਘ ਪੁਰਾਣੀ ਕੈਰੋਂ ਰੋਡ ਗੁਰਦੁਆਰਾ ਸਾਹਿਬ ਗਾਰਡਨ ਕਲੋਨੀ ਆਹ ਹਨ ਗਰੰਥੀ ਭਾਈ ਮੇਰ ਸਿੰਘ ਜੀ ਗੁਰਦੁਆਰਾ ਗੁਰੂ ਨਾਨਕਪੁਰੀ ਭਾਈ ਧਰਮ ਸਿੰਘ ਜੀ ਗਰੰਥੀ ਗੁਰਦੁਆਰਾ ਬੀਬੀ ਰਜਨੀ ਇੱਕ ਗ੍ਰੰਥੀ ਗੁਰਪੱਠ ਸਾਹਿਬ ਇੱਕ ਬੜੇ ਸਿੱਧਕੀ ਸਿੱਖੀ ਦੇ ਪ੍ਰੇਮੀ ਮਾਇਆ ਦੀ ਪਕੜ ਤੋਂ ਰਹਿਤ ਲਾਲਚ ਈਰਖਾ ਤੋਂ ਕੂਹਾਂ ਦੂਰ ਪੱਟੀ ਦੀ ਕਚੈਰੀ ਵਿੱਚ ਬੜੇ ਸਿਆਣੇ ਨਿਆਂ ਲਈ ਢੋਲ ਕਰਨ ਵਾਲੇ ਵਕੀਲ ਸਹਿਬਾਨ ਵੀ ਹਨ ਕੋਈ ਕੁਝ ਕਹੇ ਇਮਾਨਦਾਰੀ ਸੰਜਮ ਲਾਲਚ ਤੋਂ ਰਹਿਤ ਵਾਲੇ ਇਨ੍ਹਾਂ ਹੀ ਮਾਣਯੋਗ ਸੱਜਣਾ ਵਿੱਚੋਂ ਹਨ ਦਇਆ ਸਿੰਘ ਸੰਧੂ ਸਿਮਰਨ ਢਾਲੀਵਾਲ ਇਕਬਾਕ ਸਿੰਘ ਪੱਟੀ ਅਤੇ ਹੋਰ ਵੀ ਕਲਮੀ ਸੇਵਾ ਰਾਹੀਂ ਪੱਟੀ ਦੀ ਸ਼ਾਨ ਤੇ ਆਪਣਾ ਨਾਮ ਬਣਾ ਰਿਹਾ ਹੈ। ਬੇਸ਼ੱਕ ਹਾਜ਼ੀ ਲੱਖ ਲੱਖ ਜੋ ਪੱਟੀ ਵਿੱਚ ਪੈਦਾ ਹੋਏ ਤੇ ਦੇਸ਼ਵੰਡ ਤੋਂ ਪਹਿਲਾਂ ਹੀ ਲਾਹੌਰ ਚਲੇ ਗਏ ਤੇ ਉੱਥੇ ਹੀ ਸਮਾਏ। ਉਹਨਾਂ ਦੇ ਪੱਧਰ ਵਾਲਾ ਲਿਖਾਰੀ ਅਜੇ ਪੱਟੀ ਵਿੱਚ ਪੈਦਾ ਨਹੀਂ ਹੋਇਆ। ਬੇਸ਼ੱਕ ਪੱਟੀ ਵਿੱਚ ਢਾਡੀ, ਕਵੀ, ਕਵੀਸ਼ਰਾਂ ਦੀ ਸੰਦਕ ਵੀ ਮਿਲਦੀ ਹੈ ਪਰ ਉਤਲੇ ਪੱਖ ਵਿੱਚ ਆਉਣ ਲਈ ਪਤਾ ਨਹੀਂ ਕਿੰਨਾ ਸਮਾਂ ਲੱਗੇ। ਪੱਟੀ ਵਾਲੇ ਜਾਣਦੇ ਹੀ ਹੋਣਗੇ ਕਿ ਵੰਡ ਵੇਲੇ ਕਾਦੀ ਬਿੰਨੋਂ ਉੱਠ ਕੇ ਕੁਝ ਗਿਆਨੀ ਸੋਹਣ ਸਿੰਘ ਸੀਤਲ ਵੀ ਕੁਝ ਸਮਾਂ ਇੱਥੇ ਰਹੇ ਸਨ ਫਿਰ ਪੱਟੀ ਛੱਡ ਕੇ ਲੁਧਿਆਣੇ ਜਾ ਵਸੇ ਉੱਥੋਂ ਹੀ ਮਾਤ ਲੋਕ ਨੂੰ ਫਤਿਹ ਬੁਲਾ ਗਏ ਮਿਸਤਰੀ ਕਾਰੀਗਰ ਵਰਗ ਵਿੱਚ ਬਹੁਤ ਉੱਚ ਕੋਟੀ ਦੇ ਬੰਦੇ ਪੈਦਾ ਹੋਏ ਜੋ ਪੱਟੀ ਛੱਡ ਲਾਹੌਰ ਅੰਮ੍ਰਿਤਸਰ ਲੁਧਿਆਣਾ ਦਿੱਲੀ ਕਲਕੱਤਾ ਵਸ ਕੇ ਆਪਣੀ ਲਿਆਕਤ ਤੇ ਕਲਾ ਦਾ ਜੋਰ ਵਖਾਉਂਦੇ ਰਹੇ ਬੇਸ਼ੱਕ ਜ਼ਿਲ੍ਹਾ ਲਾਹੌਰ ਵਿੱਚ ਹੋਰ ਵੀ ਕਈ ਕਸਬੇ ਤੇ ਸ਼ਹਿਰ ਜਿਵੇਂ ਕਸੂਰ ਰਾਈਵੰਡ ਆਦ ਹਨ ਪਰ ਜੋ ਪੱਟੀ ਨੂੰ ਮਰਤਬਾ ਹਾਸਲ ਹੈ ਉਹ ਹੋਰ ਕਿਸੇ ਨੂੰ ਨਹੀਂ ਲਾਹੌਰ ਦੇ ਗਵਰਨਰ ਸੂਬੇਦਾਰ ਨੇ ਮੁਗਲ ਕਾਲ ਸਮੇਂ ਜਦ ਵੀ ਕੋਈ ਔਕੜਾਂ ਭਰਿਆ ਕੰਮ ਕਰਵਾਉਣਾ ਹੁੰਦਾ ਸੀ ਪੱਟੀ ਦਾ ਹੀ ਗੁਣਾ ਪੈਂਦਾ ਬਾਬਾ ਬੰਦਾ ਸਿੰਘ ਬਹਾਦਰ ਦੱਖਣ ਵਿੱਚੋਂ ਪੰਜਾਬ ਆ ਚੁੱਕਿਆ ਹੈ ਇੱਕ ਤਹਿਲ ਕਮਚਿਆ ਹੋਇਆ ਥਾਂ ਥਾਂ ਉਸ ਦੇ ਝੰਡੇ ਥੱਲੇ ਸਿੰਘ ਇਕੱਠੇ ਹੋ ਰਹੇ ਹਨ ਸਮਾਂ 1709 ਈਸਵੀ ਦੀਆਂ ਗਰਮੀਆਂ ਦਾ ਹੈ ਦਿੱਲੀ ਦੀ ਮੁਗਲ ਸਰਕਾਰ ਦਾ ਨਿਯੁਕਤ ਹੋਇਆ ਲਾਹੌਰ ਦਾ ਸੂਬੇਦਾਰ ਨਾਇਬ ਅਸਲਮ ਖਾਨ ਸੀ ਜੋ ਬੜਾ ਕਮਜ਼ੋਰ ਦਿਲ ਤੇ ਡਰਕਲ ਸੀ ਮਝੈਲਾਂ ਨਾਲ ਸਿੱਧੀ ਟੱਕਰ ਨਹੀਂ ਸੀ ਲੈਣੀ ਚਾਹੁੰਦਾ ਲਾਹੌਰ ਦੀਆਂ ਕੰਧਾਂ ਤੱਕ ਸਿੰਘਾਂ ਦੇ ਛਾਪੇ ਵੱਜਦੇ ਸਨ ਬੁਲਾਣੇ ਕਾਜ਼ੀ ਜੀ ਸੰਘਾੜਾ ਪਾ ਕੇ ਮਿੰਤਾ ਕਰਦੇ ਹਨ ਕਿ ਇਨ੍ਹਾਂ ਕਾਫਰਾਂ ਦਾ ਸਿਰ ਫੇਹੋ ਤੇ ਸੂਬੇ ਵਿੱਚ ਅਮਨ ਚੈਨ ਹੋਵੇ ਗੱਲ ਤਾਂ ਕਰ ਲਈ ਪਰ ਲਾਹੌਰ ਦੀਆਂ ਕੰਧਾਂ ਤੋਂ ਬਾਹਰ ਕਿਹੜਾ ਮੋਮਨ ਮਰਦ ਨਿਕਲੇ ਸਭ ਦਲਵੱਟੀ ਬੈਠੇ ਸਨ ਸੂਬੇਦਾਰ ਅਸਲਮ ਖਾਨ ਨੇ ਇੱਕ ਖਤਰੀ ਚੂੜਮੱਲ ਔਰੀ ਨੂੰ ਸ਼ਹਿ ਦਿੱਤੀ ਕਿ ਕੁਝ ਕਰੇ ਚੂੜਮੱਲ ਨੇ ਪੱਟੀ ਦੇ ਅਮੀਨ ਹਰ ਸਹਾਏ ਨੂੰ ਸਿੰਘਾਂ ਵਿਰੁੱਧ ਪੜਕਾ ਕੇ ਅੰਮ੍ਰਿਤਸਰ ਵਿੱਚ ਬੈਠੇ ਸਿੱਖਾਂ ਉੱਤੇ ਹੱਲਾ ਕਰਕੇ ਉਹਨਾਂ ਨੂੰ ਮਾਰ ਮੁਕਾਉਣ ਦੀ ਤੋਖਣਾ ਦਿੱਤੀ ਹਰ ਸਹਾਏ ਫੌਜ ਤੇ ਬਹੁਤ ਸਾਰਾ ਮੁਲਖਈਆ ਲੈ ਕੇ ਸਿੰਘਾਂ ਦੇ ਗਲ ਜਾ ਪਿਆ ਸਿੰਘ ਅੱਗੇ ਕਿਹੜਾ ਚੂੜੀਆਂ ਪਾਈ ਬੈਠੇ ਸਨ ਤਲਵਾਰਾਂ ਸੂਤ ਕੇ ਉਹ ਵੀ ਜੁੱਟ ਪਏ ਤਿੰਨ ਘੰਟੇ ਦੀ ਗਹਿ ਗੱਚ ਲੜਾਈ ਵਿੱਚ ਹਰ ਸਹਾਏ ਮਾਰਿਆ ਗਿਆ ਪੱਟੀ ਦੀਆਂ ਵਾਰਾਂ ਜਿੱਧਰ ਜਿਹਦਾ ਮੂੰਹ ਆ ਵੇਖਦਿਆਂ ਵੇਖਦਿਆਂ ਹੀ ਗਾਇਬ ਹੋ ਗਈਆਂ ਅਸਲਮ ਖਾਨ ਦੇ ਮਨ ਉਤੇ ਬੜੀ ਭਾਰੀ ਸੱਟ ਵੱਜੀ ਪਰ ਮਾਰੀ ਦੇ ਨੇ ਖੜਾ ਨਹੀਂ ਛੱਡਿਆ ਹੁਣ ਨਸ਼ਹਿਰਾ ਪਨੂਆ ਦੇ ਇੱਕ ਦੇਵਾ ਨਾਮੀ ਜੱਟ ਨੂੰ ਚੁੱਕਿਆ ਤੇ ਫੌਜ ਵੀ ਦਿੱਤੀ ਮੋਲਾਣਿਆਂ ਮੁਲਖਈਆਂ ਦੀਆਂ ਛੇੜਾਂ ਵੀ ਖੜੀਆਂ ਕੀਤੀਆਂ ਥੋੜੇ ਜੇ ਸਿੰਘਾਂ ਨੇ ਤੇਗਾ ਨਾ ਹੀ ਉਹ ਸਵਾਗਤ ਕੀਤਾ ਕਿ ਭੂਆਏ ਦੇਵੇ ਜੱਟ ਨੂੰ ਭੱਜ ਕੇ ਜਾਨ ਬਚਾਉਣੀ ਪਈ ਫੌਜ ਤੇ ਮੁਲਖਈਆ ਦੀਆਂ ਧਾੜਾਂ ਦੀ ਬਹੁਤ ਬੁਰੀ ਤਾਂ ਵੱਡ ਟੁੱਕ ਹੋਈ ਹੁਣ ਅਸਲਮ ਖਾਨ ਸੂਬੇਦਾਰ ਲਾਹੌਰ ਵੀ ਬਾਬਾ ਬੰਦਾ ਸਿੰਘ ਦਾ ਪੰਜਾਬ ਆ ਜਾਣਾ ਸੁਣ ਕੇ ਉਸ ਨਾਲ ਕਿਵੇਂ ਗੁਜ਼ਰੇਗੀ ਸਾਹ ਸੀਨ ਹੋ ਗਿਆ ਮੋਲਾਣਿਆਂ ਬੜਾ ਰੌਲਾ ਤੇ ਤੁਣ ਤੁਣਾ ਵਜਾਇਆ ਮਝੈਲਾਨੂ ਵੀ ਬੰਦਾ ਸਿੰਘ ਦਾ ਪੰਜਾਬ ਆਉਣਾ ਸੁਣ ਕੇ ਬੜੇ ਚਾ ਚੜੇ ਹੋਏ ਸਨ ਲਾਹੌਰੋਂ ਬਾਹਰ ਦੀਆਂ ਬਸਤੀਆਂ ਵਿੱਚ ਮਝੈਲ ਸਿੰਘ ਸੋਕ ਕਮਾਜ ਕਰ ਜਾਂਦੇ ਜੋ ਅਟ ਦਾ ਸੋ ਚੜਦਾ ਵੇਲਾ ਇਥੋਂ ਤੱਕ ਆ ਗਿਆ ਕਿ ਮਝੈਲਾ ਦੇ ਕੁਝ ਜਥੇ ਇਕੱਠੇ ਹੋ ਕੇ ਲਾਹੌਰ ਤੇ ਚੜ ਆਏ ਤੇ ਕੀਰਾ ਪਾ ਲਿਆ ਪੱਟੀ ਵਾਲੇ ਅਮੀਨ ਹਰ ਸਹਾਏ ਤੇ ਦੇਵਾ ਜੱਟ ਨੁਸ਼ਹਿਰੀਏ ਨਾਲ ਜੋ ਬਣੀ ਅਸਲਮ ਖਾਨ ਦੀਆਂ ਅੱਖਾਂ ਸਾਹਮਣੇ ਸੀ ਫਿਰ ਕਿਹੜਾ ਸੂਰਮਾ ਫੌਜ ਦੀ ਅਗਵਾਈ ਕਰਕੇ ਲਾਹੌਰ ਘੇਰੀ ਬੈਠੇ ਮਝੈਲ ਸਿੰਘਾਂ ਨਾਲ ਦੋ ਹੱਥ ਕਰਦਾ ਇਸ ਲਈ ਉਸ ਦਾ ਡੁੱਬਦਾ ਦਿਲ ਜਵਾਬ ਦੇ ਚੁੱਕਾ ਸੀ ਸੋ ਅਸਲਮ ਖਾਨ ਨੇ ਲਾਹੌਰ ਦੇ ਕੁਝ ਸੌ ਬੰਦਿਆਂ ਨਾਲ ਗੱਲ ਕਰਕੇ ਇੱਕ ਬਹੁਤ ਵੱਡੀ ਰਕਮ ਸਿੰਘਾਂ ਨੂੰ ਕਲਾ ਪ੍ਰਸ਼ਾਦ ਨਿਮਿਤ ਦੇ ਕੇ ਸਿੰਘਾਂ ਵੱਲ ਤੋਰਿਆ ਸਿੰਘਾਂ ਨੂੰ ਰਕਮ ਪੇਸ਼ ਕਰਕੇ ਉਹਨਾਂ ਮਿੰਨਤ ਕੀਤੀ ਕਿ ਲੁੱਟ ਮਾਰ ਤੇ ਖੂਨ ਖਰਾਬਾ ਨਾ ਕੀਤਾ ਜਾਵੇ ਸਿੰਘ ਵੀ ਰਹਿਮ ਦੇ ਘਰ ਵਿੱਚ ਆ ਗਏ ਹਾਂ ਕਰਕੇ ਪਛਾਟ ਗਏ ਹੁਣ ਮੁਲਾਣੇ ਫਿਰ ਪੁੱਤਰ ਬੈ ਅਸਲਮ ਖਾਨ ਨੂੰ ਉਲਟ ਪੁਲਟ ਬੋਲਣ ਤੇ ਕਹਿਣ ਕਿ ਤੂੰ ਕਿਹੋ ਜਿਹਾ ਮੂਮਨ ਹੈ ਕਾਫਰਾਂ ਤੋਂ ਡਰ ਕੇ ਹਲਵੇ ਲਈ ਐਡੀ ਵੱਡੀ ਰਕਮ ਦੇ ਦਿੱਤੀ ਪਰ ਅਸਲਮ ਖਾਨ ਨੇ ਮੁਲਾਣਿਆਂ ਦੇ ਵਾਧੂਆ ਬੋਲਣ ਦੀ ਪਰਵਾਹ ਨਾ ਕੀਤੀ ਉਸ ਨੇ ਆਪਣੇ ਆਪ ਅਤੇ ਇਸ ਸ਼ਹਿਰ ਨੂੰ ਬੜੀ ਸਿਆਣਪ ਨਾਲ ਬਚਾ ਲਿਆ ਉਤਰ ਬਾਬਾ ਬੰਦਾ ਸਿੰਘ ਬਹਾਦਰ ਸਮਾਣਾ ਮਾਰ ਕੇ ਸਜਦ ਜਲਾਲਉਦੀਨ ਸਾਸ਼ਲ ਬੇਗ ਬਾਸ਼ਲ ਬੇਗ हुसैन अली ਇਹ ਉਹ ਸ਼ਖਸ ਹੈ ਜੋ ਔਰੰਗਜ਼ੇਬ ਵੱਲੋਂ ਭੇਜਿਆ ਦਸਤਕਤ ਵਾਲਾ ਕੁਰਾਨ ਆਨੰਦਪੁਰ ਸਾਹਿਬ ਨੂੰ ਛੱਡਣ ਦਾ ਸੁਨਹਾਂ ਲੈ ਕੇ ਗਿਆ ਸੀ ਤੇ ਸੌਂ ਖਾ ਕੇ ਇਹ ਵੀ ਯਕੀਨ ਦਿਵਾਇਆ ਸੀ ਕਿ ਤੁਹਾਡੀ ਬਾਅਦ ਵੱਲੇ ਵੀ ਕੋਈ ਨਹੀਂ ਵੇਖੇਗਾ ਆਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਕਲਗੀਧਰ ਪਾਤਸ਼ਾਹ ਨਾਲ ਜੋ ਵਾਪਰਿਆ ਸਿੱਖ ਸੰਗਤ ਚੰਗੀ ਤਰ੍ਹਾਂ ਜਾਣਦੀ ਸੀ ਇਥੇ ਇਧਰ ਹੋਣ ਦੀ ਲੋੜ ਨਹੀਂ ਇਹਨਾਂ ਨੂੰ ਕੀਤੀ ਭੁਗਤਾ ਕੇ ਬਾਬਾ ਬੰਦਾ ਸਿੰਘ ਮਸਤਬਾ ਬਾਦ ਇਸ ਮਾਇਲਾਬਾਦ ਕੁੰਜਪੁਰਾ ਵਜੀਖ ਖਾਨ ਦਾ ਪਿੰਡ ਕੁੜਾਮ ਅੱਗੇ ਸਡੌਰੇ ਨੂੰ ਜਾ ਰਿਹਾ ਸੀ ਜਦ ਇਸ ਦੀ ਸੂਹ ਲਾਹੌਰ ਆ ਪੜੀ ਅਸਲਮ ਖਾਨ ਨੇ ਸੁਖ ਦਾ ਸਾਹ ਲਿਆ ਨੰਬਰ 4 ਪਿੰਡਾਂ ਵਿੱਚ ਡਾਕ ਸੇਵਾ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਕਿ ਰਾਜੇ ਮਹਾਰਾਜੇ ਜਾਂ ਵੱਡੇ ਧਨਾੜ ਲੋਕ ਆਪਣਾ ਸੁਨੇਹਾ ਪਤਾ ਸਿਖਾਏ ਹੋਏ ਕਬੂਤਰਾਂ ਰਾਹੀਂ ਦਿੰਦੇ ਸਨ ਆਮ ਲੋਕ ਇਹ ਕੰਮ ਮਰਾਸੀਆਂ ਤੇ ਬਰਵਾਲਿਆਂ ਕੋਲੋਂ ਕਰਵਾਉਂਦੇ ਸਨ ਦੈਨ ਤਿਹਾਰ ਉਤੇ ਇਹਨਾਂ ਲੋਕਾਂ ਨੂੰ ਖੁਸ਼ੀ ਸਤਕਾਰ ਤੇ ਪੈਂਦੀ ਖੇਚਲ ਵਜੋਂ ਪੈਸਿਆਂ ਦੀ ਸ਼ਕਲ ਵਿੱਚ ਕਣਕ ਦੀ ਵਾਢੀ ਸਮੇਂ ਇੱਕ ਇੱਕ ਭਰੀ ਦੇ ਕੇ ਇਹਨਾਂ ਲੋਕਾਂ ਨੂੰ ਨਿਵਾਜਿਆ ਜਾਂਦਾ ਸੀ ਮਾਗੀ ਆਉਣ ਉਤੇ ਆਪਣੀ ਪਹੁੰਚ ਅਨੁਸਾਰ ਜੱਟਾਂ ਵੱਲੋਂ ਇਹਨਾਂ ਨੂੰ ਲੀੜਾ ਕਪੜਾ ਦਿੱਤਾ ਜਾਂਦਾ ਸੀ ਇਹ ਸੀ ਉਸ ਵੇਲੇ ڈاک ਖਣੇ ਦਾ ਪ੍ਰਬੰਧ ਜੋ ਮਰਾਸੀਆਂ ਤੇ ਬਰਵਾਲੀਆਂ ਰਾਹੀਂ ਹੁੰਦਾ ਸੀ ਅੰਗਰੇਜ਼ਾਂ ਦੇ ਆਉਣ ਉਤੇ ਕੰਮ ਚਿੱਠੀ ਪੱਤਾ ਰਾਹੀਂ ਸ਼ੁਰੂ ਹੋਇਆ ਤਿੰਨਾ ਪੈਸਿਆਂ ਦੇ ਕਾਰਡ ਤੇ ਦੋ ਆਨੇ ਦਾ ਬੰਦ ਲਫਾਫਾ ਬਾਹਰੋਂ ਫੌਜੀਆ ਦੀ ਚਿੱਠੀ ਆਉਣੀ ਜਿਸ ਬੀਬੀ ਨੂੰ ਆਉਣੀ ਜਾਂ ਜਿਸ ਘਰ ਆਉਣੀ ਕਿਹਾ ਜਾਂਦਾ ਸੀ ਕਿ ਅਰਦਾਸ ਆਈ ਹੈ 1933 ਵਿੱਚ ਇੱਕ ਮੁਸਲਮਾਨ ਮੀਰ ਪਿੰਡ ਵਿੱਚ ਸਾਈਕਲ ਤੇ ਆਉਂਦਾ ਉਸ ਦੇ ਸਾਈਕਲ ਦੇ ਫਰੇਮ ਨਾਲ ਇੱਕ ਚਮੜੇ ਦਾ ਵਿਸ਼ੇਸ਼ ਕਿਸਮ ਦਾ ਬਣਿਆ ਹੋਇਆ ਮਜ਼ਬੂਤ ਥੈਲਾ ਬਣਿਆ ਹੁੰਦਾ ਸੀ ਕਲਮ ਕੰਨ ਵਿੱਚ ਟੰਗੀ ਇੱਕ ਨਿੱਕੇ ਜਿਹੇ ਛਿੱਕੇ ਵਿੱਚ ਹੈਂਡਲ ਦੇ ਨਾਲ ਕਾਲੀ ਸਿਆਹੀ ਵਾਲੀ ਦਵਾਤ ਹੁੰਦੀ ਸੀ ਚਿੱਠੀ ਪੜਨ ਦਾ ਆਨਾ ਤੇ ਚਿੱਠੀ ਲਿਖਵਾਉਣ ਦੇ ਦੋ ਆਨੇ ਲੈਂਦਾ ਸੀ ਚਿੱਠੀ ਆਉਣ ਤੇ ਲੋਕਾਂ ਨੂੰ ਚਾਹ ਵੀ ਚੜਦਾ ਤੇ ਡਰ ਵੀ ਆਉਂਦਾ ਡਰ ਇਸ ਗੱਲੋਂ ਕਿ ਖੌਰੇ ਕੋਈ ਮਾੜੀ ਖਬਰ ਹੀ ਨਾ ਹੋਵੇ ਸਹਿਮ ਤੇ ਖੁਸ਼ੀ ਦਾ ਸਾਂਝਾ ਜਾ ਵਾਤਾਵਰਨ ਹੁੰਦਾ ਸੀ ਵੇਖਣ ਵਿੱਚ ਜਿਵੇਂ ਪਹਿਲਾਂ ਕਿਸੇ ਨੂੰ ਤਾਰ ਆ ਜਾਣੀ ਅੰਗਰੇਜ਼ੀ ਵਿੱਚ ਪੜੇ ਕੋਣ ਘਰਦਿਆਂ ਨੇ ਉਸੇ ਵੇਲੇ ਰੋਣ ਪਿੱਟਣ ਲੱਗ ਪੈਣਾ ਕਿਉਂ ਜ਼ਰੂਰ ਵਿੱਚ ਕੋਈ ਮਾੜੀ ਖਬਰ ਹੋਏਗੀ ਪੜਿਆਂ ਪਤਾ ਲੱਗਣਾ ਕਿ ਕੱਲਣ ਵਾਲੇ ਦੀ ਜਾਂ ਤੇ ਤਰੱਕੀ ਦੀ ਖੁਸ਼ੀ ਦੀ ਤਾਰ ਹੈ ਜਾਂ ਛੁੱਟੀ ਆਉਣ ਦੀ ਤਰੀਕ ਅੱਗੇ ਪੈ ਗਈ ਹੈ। ਬਸ ਫਿਰ ਕੀ ਸੀ ਰੋਣ ਪਿੱਟਣ ਵਾਲਿਆਂ ਦਾ ਗਲੀ ਮੁਹੱਲੇ ਵਿੱਚ ਉੱਠ ਕੇ ਮਜ਼ਾਕ ਬਣ ਜਾਣਾ। ਫਿਰ ਇੱਕ ਵੇਲਾ ਆਇਆ ਡਾਕ ਵੰਡਣ ਦਾ ਕੰਮ ਬਹੁਤ ਵੱਡੇ ਕੱਦ ਕਾਠ ਵਾਲੇ ਇਲਾਹੀ ਬਖਸ਼ ਜੁਲਾਹੇ ਨੇ ਸੰਭਲਿਆ। ਇਹ ਵੀ ਇੱਕ ਹੋਲਡਰ ਕੰਨ ਵਿੱਚ ਅੜਾ ਕੇ ਰੱਖਦਾ ਸੀ। ਚਿੱਠੀਆਂ ਪੜ ਵੀ ਲੈਣੀਆਂ ਤੇ ਲਿਖ ਵੀ ਦੇਣੀਆਂ ਪਿੰਡ ਦਾ ਹੋਣ ਕਰਕੇ ਉਹ ਪੜ੍ਹਾਈ ਲਿਖਾਈ ਦਾ ਪੈਸਾ ਨਹੀਂ ਸੀ ਮੰਗਦਾ ਜੇ ਕੋਈ ਦੇਵੇ ਲੈਣ ਤੋਂ ਇਨਕਾਰ ਵੀ ਨਹੀਂ ਸੀ ਕਰਦਾ ਇਲਾਹੀ ਬਖਸ਼ ਉਰਫ ਅਲਾਈਆ ਜੁਲਾਗਿਆ ਇੱਕ ਤੁਰਿਆ ਫਿਰਦਾ ਡਾਕਖਾਨਾ ਸੀ ਫਿਰ ਪਟੀਆਂ ਸਟੇਸ਼ਨ ਵੱਲ ਨੂੰ ਜਾਂਦੇ ਆ 100 ਕੋ ਗਾਜ਼ੂਰੇ ਇੱਕ ਵੱਡੀ ਪੱਕੀ ਬਿਲਡਿੰਗ ਡਾਕਖਾਨਾ ਬਣ ਗਈ 1947 ਤੋਂ ਬਾਅਦ ਇਸ ਬਿਲਡਿੰਗ ਵਿੱਚ ਡਾਕਖਾਨਾ ਚੱਲਦਾ ਰਿਹਾ ਪਰ 40 ਕੋ ਸਾਲ ਹੋਏ ਹਨ ਉਹ ਡਾਕਖਾਨਾ ਦੂਜੇ ਥਾਂ ਮਿਰਜ਼ਿਆਂ ਦੇ ਕੰਪਲੈਕਸ ਦੇ ਉੱਤਰ ਵਿੱਚ ਬੜੀ ਸੋਹਣੀ ਬਿਲਡਿੰਗ ਵਿੱਚ ਚੱਲ ਰਿਹਾ ਹੈ ਸਟੇਸ਼ਨ ਵੱਲ ਨੂੰ ਜਾਂਦਿਆਂ ਗੋਲ ਹੱਟੀ ਲਾਗੋ ਸੱਜੇ ਹੱਥ ਮੁੜ ਕੇ 30 ਗਾਜ ਤੇ ਡਾਕਖਾਨੇ ਦੀ ਇਮਾਰਤ ਹੈ ਉਸ ਦੇ ਨਾਲ ਹੀ ਸਰਕਾਰੀ ਖਜ਼ਾਨੇ ਦੀ ਇਮਾਰਤ ਹੈ ਮਿਰਜ਼ਿਆਂ ਦਾ ਲਾਜਵਾਬ ਕੰਪਲੈਕਸ ਸਿਆਸੀ ਦਾਪੇਜ ਦੇ ਢਹੇ ਚੜ ਗਿਆ ਵੰਡ ਤੋਂ ਪਿੱਛੋਂ ਜਿੱਥੇ ਐਸ ਡੀ ਐਮ ਤਹਿਸੀਲਦਾਰ ਸਾਹਿਬ ਅਰਜੀ ਨਵੀਸ ਕਚਹਿਰੀਆਂ ਆਦ ਚੱਲਦੀਆਂ ਸਨ ਉਹ ਸਿਆਸੀ ਗਲੰਜਾਂ ਨੇ ਮੁਰਦਾਰ ਸਮਝ ਕੇ 10000 ਰੁਪਏ ਵਿੱਚ ਆਪਣੇ ਪੰਜਿਆਂ ਤੇ ਚੁੰਝਾਂ ਵਿੱਚ ਲੈ ਲਿਆ ਉੱਥੇ ਬੈਂਕਾਂ ਬਣੀਆਂ ਸਬਜ਼ੀ ਮੰਡੀ ਬਣੀ ਅੱਜ ਉਹ ਕੰਪਲੈਕਸ ਨੂੰ ਵੇਖੀਏ ਤੇ ਦਿਲ ਮੂਹ ਨੂੰ ਆਉਂਦਾ ਹੈ ਗ੍ਰਹਿਣ ਸੂਰਜ ਚੰਦ ਲੱਗਦਾ ਹੈ ਕਦੇ ਤਾਰਿਆਂ ਸਤਾਰਿਆਂ ਨੂੰ ਨਹੀਂ ਲੱਗਦਾ ਹੁਣ ਬੜੀ ਸਿਨਮਰ ਬੇਨਤੀ ਹੈ ਕਿ ਜਿਨ੍ਹਾਂ ਸੱਜਣਾ ਦੇ ਨਾਮ ਲਿਖਣੋ ਰਹਿ ਜਾਣ ਉਹ ਗੁੱਸਾ ਨਾ ਕਰਨ ਤੁਸੀਂ ਸੁਣ ਰਹੇ ਸੀ ਕਿਤਾਬ ਕਦੀਮ ਤਵਾਰਿਖੀ ਸ਼ੈਰ ਲੇਖਕ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ ਤੁਸੀਂ ਸੁਣਿਆ ਕਿਤਾਬ ਦਾ ਪੰਜਵਾਂ ਭਾਗ ਆਵਾਜ਼ ਗੁਰਜੰਟ ਸਿੰਘ ਰੁੱਪਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ